ਆਪਣਾ ਜੁਲਨੇ ਆ ਰੋਡ ਅਸਾਂਗੇ ਸਿੱਧੀ ਇਹ ਆ ਦਿਸਣੀ ਇਸ ਆ ਰੋਡਾਂ ਪੈਣੇ ਆ ਤਾਂ ਜਿੱਧਰ ਮੋਟਰਸਾਈਕਲਾਂ ਰੁਖ ਸਿੱਧਾ ਆਉਣ ਜੀ ਉੱਧਰ ਅਸਾਂ ਪਹੁੰਚੀ ਜਾ ਸਕਾਂ। ਮੈਂ ਅੱਜ ਕੀ ਸ਼ਾਦੀ ਥਾਂ ਸੀ ਆ ਤਾਂ ਸ਼ਾਦੀ ਵੀ ਗਾਉਣੀ ਆ ਇਹ ਮਕਬੂਲ ਬਾਦ ਸ਼ਹੀਦ ਚੌਂਕ ਨੇ ਸੈਂਟਰ ਵਿੱਚ ਦਰਾਇ ਪੁੰਛ ਪਰ ਪਲਾਕ ਪੁੱਲ ਪਰ ਨਾ ਹੋਣੇ ਸੋ ਕੁਝ ਹੋਣਾ ਬਿਹਤਰ ਆ ਟਕਸਵਾਈ ਨਾਲ ਫੇਮਸ ਮੈਰਿਜ ਹਾਲ ਪਿਆਲ ਮੈਰਿਜ ਹਾਲ ਜੀ ਮੇਰੇ ਦੋਸਤੋ ਸਲਾਮ ਅਲੈਕੁਮ ਉਮੀਦ ਕਰਨਾ ਸਾਰੀ ਠੀਕ ਠਾਕ ਸੋ ਹੈ ਖੁਸ਼ ਬਾਸ਼ ਸੋ ਔਰ ਅੱਲਾਹ ਤਾਲਾ ਨੇ ਹਿਫਜ਼ੋ ਅਮਨ ਚ ਸੋ ਮੈਂ ਰਾਸ਼ਦ ਸ਼ਬੀਰ ਸੋ ਤੱਕੀ ਰਹੇ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਦ ਸ਼ਬੀਰ ਅੱਜ ਸਾਡੀ ਖਿਦਮਤ ਫਿਰ ਆਜ਼ਰਾਂ ਜੀ ਇੱਕ ਨਵੀਂ ਵੀਡੀਓ ਕਿ ਨੀਤ ਹੈ ਅੱਜ ਨਾ ਸਾ ਮੌਸਮ ਤੱਕੋ ਜੀ ਮੌਸਮ ਜਿਹੜਾ ਜੀ ਅੱਜ ਸਹੀ ਚਮਕਣਾ ਪਿਆ ਤੋਂ ਪਹਿਲਾਂ ਮੌਸਮ ਹੈ ਮੌਸਮ ਜਿਹੜਾ ਜੀ ਉਹ ਵੀ ਸਹੀ ਸਾਫ਼ ਸੁਥਰਾ ਆ ਹਲਕੀ ਹਲਕੀ ਹਵਾ ਚੱਲੀ ਰਹੀ ਆ ਜੈਸਾ ਕਿ ਅਸਾਂ ਬੂਟੀਆਂ ਸੋ ਮਹਿਸੂਸ ਕਰੀ ਸਕਦੇ ਹਾਂ ਜੀ ਕਿਉਂਕਿ ਵੈਸੇ ਤਾਂ ਹਵਾ ਬਣਾ ਪਤਾ ਕੌਣ ਲੈਣਾ ਕਿ ਹਵਾ ਚੁੱਲੀ ਰਹੀ ਹੈ ਜਾਂ ਘੋਣੀ ਬਾਕੀ ਸਾਂ ਤੱਕ ਜੀ ਸਾਡਾ ਗ੍ਰਾਂ ਸਾਰਾ ਪਿਆਰਾ ਗ੍ਰਾਂ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਲੱਗੀ ਰਿਹਾ ਜੀ ਤੂੰ ਪਹਿਲੇ ਮੌਸਮ ਵਿੱਚ ਉਹ ਪਾਰ ਸਾ ਤੱਕ ਸੋ ਬੱਕਰੀਆਂ ਵੀ ਬਾੜੀਆਂ 'ਚ ਚਰਾ ਚਰਾ ਕਰੀ ਰਹੀਆਂ ਆ ਕਿਉਂਕਿ ਉਹਨਾਂ ਦੀ ਭੁੱਖ ਜਿਹੜੀ ਲੱਗੀ ਹੋਈ ਜੀ ਉਹ ਬੜੀ ਡਾਢੀ ਲੱਗੀ ਆ ਜ਼ਰਾ ਬਣਾਉਣੀ ਪੇਟੇ ਕੋਈ ਜਾਸੀ ਆ ਤਾਂ ਫਿਰ ਹੀ ਮਾਹੌਲ ਬਣ ਸੀ ਆ ਤਾਂ ਵੈਸੇ ਬਣਾ ਮਾਹੌਲ ਬਣਨਾ ਕੋਣੀ ਆ ਅੱਜ ਕੱਲ੍ਹ ਜਾਂ ਖਲੇ ਨਾਲ ਦਿਲ ਕਰਨਾ ਉਹ ਵੀ ਛਾਵਾਂ ਖਲੇ ਨਾਲ ਦਿਲ ਕਰਨਾ ਤੂੰ ਪੈ ਖਲੇ ਨਾਲ ਬਿਲਕੁਲ ਹੀ ਦਿਲ ਨਹੀਂ ਕਰਨਾ ਕਿਉਂਕਿ ਉੱਥੇ ਜਾਣਾ ਤਾਂ ਫਿਰ ਐਦਾ ਹਿਸਾਬ ਹੋਣਾ ਮੂੰਹ ਸਾਫ਼ ਕਰਨਾ ਪੈ ਰੱਖਿਆ ਕਿ ਪਰਸੀਨਾ ਨਿਕਲੀ ਛਾਂ ਤਾਂ એનર્ਜੀ ਜਿਹੜੀ ਹੋਣੀ ਨਾ ਉਹ ਵੀ ਡੋਣ ਹੋਈ ਹੋਣੀ ਸਾਰਾ ਬਾਗ ਇਸ ਵੇਲੇ ਆਵੇ ਰੌਣ ਆਉਣਾ ਪਿਆ ਐਦਾ ਥੱਕਣੇ ਸੋ ਪੀਰੀ ਪੇ ਵੀ ਆ ਥੂਮ ਅਸਾਂ ਕੱਢੀ ਨਾ ਤਾਂ ਪੜੇ ਮਾਰਿਆ ਉਸਨੇ ਸਫਾਈ ਵਗੈਰਾ ਕਰੀ ਉੜੀ ਆ ਤਾਂ ਬਾਕੀ ਅਸਾਂ ਤਾਂ ਕੋਈ ਸੌਂਗੀ ਥੈ ਨਜ਼ਰ ਛਾਂ ਜੀ ਪਿਆਜ਼ ਪਿਆਜ਼ ਸਟਿਲ ਜਾ ਸਤ ਰਿਹਾ ਇਸੀ ਕੀ ਅਜਿਹਾ ਕੁਝ ਦਿਆਰੇ ਆਏ ਜਿਸਾ ਇਹ ਸੁਖਸੀ ਨੇ ਇਸੀ ਕੀ ਅਸਾਂ ਕੱਢਣਾ ਸ਼ੁਰੂ ਕਰੀ ਗਿਣਸਾਂ ਕਿਆਰੀਆਂ 'ਚ ਅਸਾਂ ਲਈਆਂ ਜੀ ਮਿਰਚਾਂ ਪਨੀਰੀ ਅਸਾਂ ਆਪਣੇ ਘਰ ਨਹੀਂ ਲਈ ਸੀ ਹੈ ਕਿਉਂਕਿ ਅਸਾਂ ਤੱਕ ਉਸ ਵੇਲੇ ਸਾਨੂੰ ਨਜ਼ਰ ਛੀਆਂ ਸੋਣੀ ਥੈ ਮਿਰਚਾਂ ਤਾਂ ਉਹਨਾਂ ਨਾਲ ਵੀ ਅਸਾਂ ਇੱਥੇ ਸੱਟਿਆ ਸੀ ਜੰਮੀ ਆਇਆ ਸੀ ਫਿਰ ਅਸਾਂ ਇੱਥੋਂ ਨਹੀਂ ਕੱਢੀਆਂ ਥਾ ਲਈ ਉੜਾ ਅਤੇ ਬਾਕੀ ਇਹ ਨਾਲ ਸਾਨੂੰ ਤੱਕ ਮੱਕ ਔਰ ਭਿੰਡੀਆਂ ਕਿਉਂਕਿ ਅੱਗੇ ਆਉਣ ਜਿਹਾ ਸੀਜ਼ਨ ਹੈ ਜੀ ਉਹ ਇਹਨਾਂ ਨਾਲ ਹੀ ਹੈ ਬੜੀ 'ਚ ਲੱਗੀ ਵੀ ਹੈ ਜੀ ਅੱਗ ਅੱਗ ਇੱਥੇ ਕੀਆਂ ਲਾਈ ਗਈ ਹੈ ਬਾਰੀ ਕਿ ਸਾਫ਼ ਕਰਨੇ ਵਾਲੀ ਇੱਥੇ ਅੱਗ ਲਾਈ ਗਈ ਆ ਇਸੀ ਚੀਜ਼ ਤਾਂ ਪੋਲਿਸੀ ਆ ਦੂਸਰਾ ਸੀ ਜੀ ਕਟਾਈ ਕੀਤੀ ਗਈ ਸੀ ਨਾ ਜੀ ਉਹ ਮਸ਼ੀਨਾਂ ਕੀਤੀ ਗਈ ਸੀ ਆ ਔਫਿਸ ਜ਼ਰਾ ਅਪਰੋਣੀਆਂ ਸੀ ਪਤਾ ਹੀ ਆ ਕਟਾਈ ਤਾਂ ਫਿਰ ਜਿਸ ਅਸੀਂ ਲਵਾਓ ਨਾ ਟਰੈਕਟਰ ਬਾਲੀ ਜਾਂ ਸ਼ਹਿਰਾਂ ਤਾਂ ਫਿਰ ਉਸਦੀਆਂ ਅੱਲਾਂ ਜਿਹੜੀਆਂ ਜੀ ਉਹ ਫਸੀਆਂ ਤਾਂ ਸਫਾਈ ਦੇ ਤੌਰ ਪਰ ਫਿਰ ਇੱਥੇ ਲਾਈ ਗਈ ਆ ਜੀ ਅੱਗ ਫਾਈਨਲੀ ਇਸ ਵੇਲੇ ਮੈਂ ਆਈ ਗਿਆ ਜੀ ਘਰੋਂ ਬਾਹਰ ਮੋਟਰਸਾਈਕਲ ਕਿ ਨਹੀਂ ਤਾਂ ਇਸ ਵੇਲੇ ਆਪਣੇ ਗ੍ਰਾਈਨੀ ਬੰਨੀ ਪਰ ਮੌਜੂਦ ਹਾਂ ਤਾਂ ਨਾਲ ਪਾਰ ਸਾਂ ਤੱਕ ਸੋ ਇੱਥੇ ਲਗਾ ਜੀ ਬਾਂਸ ਜਗ੍ਹਾ ਥੋੜ੍ਹੀ ਲੁੱਗੀ ਜਾਣਾ ਤਾਂ ਮੈਂ ਚਲੋ ਇੱਥੇ ਬਾਂਸ ਸ਼ਾਂਸ ਲਾਈ ਨਾ ਜ਼ਰੂਰਤ ਪੈ ਜਾਣੀ ਆ ਕਿਉਂ ਕਿ ਅਸਾਂ ਤੱਕਿਆ ਸੀ ਅੱਜ ਕੱਲ੍ਹ ਬਾਂਸਾਂ ਨੇ ਘਰ ਸ਼ਾੜੀ ਬਣਨੇ ਤਾਂ ਮੈਂ ਚਲੋ ਬੰਦਾ ਘਰ ਹੀ ਬਣਾਈ ਕਿੰਨਾ ਆਪਣਾ ਬਾਕੀ ਨਾ ਜਿਹੜੀਆਂ ਅਸਾਂ ਕਿ ਬੜਾ ਇੰਤਜ਼ਾਰ ਕਰਿਆ ਜੀ ਘਰ ਬੜੀ ਜਾਣੀ ਤਾਂ ਬਾਹਰ ਹੀ ਨਹੀਂ ਨਿਕਲਣੇ ਅਸਲਾਮ ਵਾਲੇਕਮ ਕੀ ਹਾਲ ਹੈ ਜੀ ਠੀਕ ਹੋ ਠੀਕ ਠਾਕ ਜੀ ਸਾਨੂੰ ਕੁਦਰ ਡੱਕੇ ਰਹਣੇ ਹੋ ਉਹ ਮਸੀ ਗਰਮੀ ਹੈ ਸ਼ੁਰੂ ਹੋ ਗਈ ਤਾਂ ਬਾਹਰ ਤਾਂ ਸਹੀ ਰੋਡ ਫਿਰ ਕਸਤੇ ਆਏ ਸੋ ਉਹ ਮੈਂ ਚਲੋ ਅੱਜ ਟਾਈਮ ਪਾਸ ਕਰੀ ਸੀ ਅੱਜ ਕੁਦਰ ਜਾਣੇ ਦਾ ਪ੍ਰੋਗਰਾਮ ਹੈ ਅੱਜ ਦਿਲ ਸੀ ਖੱਡਾ ਮੋਰ ਨਾਲ ਇੱਕ ਅੱਗੇ ਕੋਈ ਮਹੱਲਾ ਡਿਡਿਆਲ ਕੋਈ ਸ਼ੁਗਲ ਮੇਲਾ ਕੌਣ ਰਿਹਾ ਡਿਡਿਆਲ ਇੱਥੇ ਰੋਜ਼ ਤੱਕੀ ਤੱਕੀ ਤੰਗ ਆਏ ਉਖਤਾਏ ਹੋਏ ਹੋ ਇਹ ਪਾਪਾ ਜੀ ਰੋਜ਼ ਡਿਡਿਆਲ ਤੱਕੀ ਤੱਕੀ ਨਾ ਤਾਂ ਉਖਤਾਏ ਤਾਂ ਇਹਨਾਂ ਦੀ ਮਰਜ਼ੀ ਜਿਹੜੀ ਆ ਨਾ ਜੋ ਥੋੜ੍ਹਾ ਜਿਹਾ ਦੂਰ ਜੁੜੀ ਆ ਤਾਂ ਦੂਰਾਂ ਨਾਲ ਮੋਲ ਮਾਸ਼ਾ ਵੀ ਤੱਕੀ ਛਾ ਕਿ ਦੂਰਾਂ ਨਾਲ ਮੋਲ ਮਾਸ਼ਾ ਕੈਸਾ ਹੋਣਾ ਤਾਂ ਪਾਸ ਨਾਲ ਕੈਸਾ ਹੋਣਾ ਤਾਂ ਬਾਕੀ ਉਹਨਾਂ ਜੁਲਨੇ ਰੋਡ ਅਸਾਂਗੇ ਸਿੱਧੀ ਹੀ ਆ ਦਿਸਣੀ ਇਸ ਆ ਰੋਡਾਂ ਪੈ ਰਹੇ ਤਾਂ ਜਿੱਧਰ ਮੋਟਰਸਾਈਕਲਾਂ ਰੁਖ ਸਿੱਧਾ ਆਉਣ ਜੀ ਉੱਧਰ ਅਸਾਂ ਪਹੁੰਚੀ ਜਾ ਸਕਾਂ ਸੋ ਫਾਈਨਲੀ ਇਸ ਵੇਲੇ ਅਸਾਂ ਪਹੁੰਚੀ ਆਏ ਹਾਂ ਜੀ ਜ਼ਮਾਨ ਚੌਕ ਤਾਂ ਜ਼ਮਾਨ ਚੌਕ ਇਸ ਵੇਲੇ ਪਿਆ ਹੋਇਆ ਵੇਰਾਨ ਕੀ ਅੱਗੇ ਦਿਹਾੜੀ ਨਾ ਟਾਈਮ ਹੈ ਤਾਂ ਆਵਾਮ ਸਾਰੀ ਗਈ ਆ ਘਰ ਸਹਿਣੇ ਵਾਸਤੇ ਰੋਟੀ ਖਾਣੇ ਵਾਸਤੇ ਜਿਹੜੀ ਆਵਾਮ ਹੈ ਜੀ ਇਹ ਸਾਰੇ ਨਾਲਾਂ ਨੇ ਇਹ ਵੀ ਬਾਹਰ ਨਿਕਲਤੇ ਤੱਕ ਮੈਂ ਕਾਜਾ ਮਣੀ ਥਾ ਵੈਸੇ ਇਹਨਾਂ ਵੀ ਥਾ ਚਲੋ ਕੋਈ ਨਹੀਂ ਸੀਗਾ ਹਾਂ ਇਸ ਵੇਲੇ ਪਹੁੰਚੀ ਆਏ ਜੀ ਸ਼ੇਰ ਬਾਸ ਚੌਕ ਡਡਿਆਲ ਵਿੱਚ ਇਸ ਵੇਲੇ ਅਸਾਂ ਪੈ ਗਏ ਹਾਂ ਜੀ ਇੱਕ ਚੈੜੀ ਰੋਡ ਹੈ ਪਰ ਮੈਂ ਅੱਜ ਕੀ ਸ਼ਾਦੀ ਸ਼ਾਦੀ ਥਾ ਸੀ ਤਾਂ ਸ਼ਾਦੀ ਵੀ ਗੋਣੀ ਆ ਅਜ਼ੀਜ਼ ਮਹਿਰਜ ਹਾਲ ਵਿੱਚ ਪਰ ਖਾਲੀ ਹੀ ਪਿਆ ਵਾ ਇਹ ਤਾਂ ਸ਼ਾਦੀ ਕਸਮ ਫਿਲਹਾਲ ਲੁਗਾ ਮੋੜ ਆਈ ਆ ਇੱਥੇ ਕੋਈ ਬੰਦਾ ਨਹੀਂ ਕੋਈ ਕੁਝ ਵੀ ਨਹੀਂ ਇੱਥੇ
ਸੋ ਫਾਈਨਲੀ ਅਸਾਂ ਜ਼ਮਾਨ ਚੌਕ ਤੋਂ ਨਿਕਲੇ ਤਾਂ ਆਏ ਗਏ ਹਾਂ ਜੀ ਡਡਿਆਲ ਡਡਿਆਲ ਸ਼ਹਿਰਾਣੀ ਸੁਰਤਾਲ ਆਣੇ ਰਸ਼ ਕੋਣੀ ਆ ਰਸ਼ ਕੋਣੀ ਆ ਦੁਕਾਨਾਂ ਦੇ ਰੋਣੇ ਆ ਤਾਂ ਮੈਂ ਸਾਰੀ ਬ੍ਰਿਟਿਸ਼ ਹਵਾ ਇੱਥੇ ਹੀ ਆਈ ਗਈ ਆ ਅਤੇ ਸਾਧੀਆਂ ਜਿਹੜੀਆਂ ਉਹਨਾਂ ਕਰਨੀਆਂ ਸਨ ਹੁਣ ਉਸਨ ਹੈ ਤਾਂ ਬਾਕੀ ਇਸ ਵੇਲੇ ਅਸਾਂ ਮੌਜੂਦ ਹਾਂ ਜੀ ਮਕਬੂਲ ਬਾਦਸ਼ਾਹ ਚੌਂਕ ਨੇ ਸੈਂਟਰ ਵਿੱਚ ਇੱਥੇ ਜੈਸਾ ਹੀ ਛੋਣਾ ਤਾਂ ਬਾਜ਼ਾਰ ਆਲਮੋਸਟ ਫਿਨਿਸ਼ ਹੀ ਹੈ ਜਾਣਾ ਅਸਾਂ ਤਾਂ ਕੋਈ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਬੰਦ ਹੀ ਆ ਹਵਾਮ ਡੇਰੀ ਆ ਬੜੇ ਦੂਰਾਂ ਤੱਕ ਤਾਂ ਅਸਾਂ ਵੀ ਉੱਥੇ ਹਵਾਮ ਨੇ ਪਿੱਛੇ ਹੀ ਦੇ ਰਹੇ ਹਾਂ ਮੈਂ ਤਾਂ ਕਹਾਂ ਜੀ ਦਿਹਾੜੀ ਤਾਂ ਹਵਾਮ ਕਹਿ ਇੱਥੇ ਇੱਥੇ ਹਵਾਮ ਸ਼ਾਮੀ ਟਾਈਮ ਅਸੀਂ ਜਾਂ ਸਵੇਲੇ ਟਾਈਮ ਮੈਂ ਬਾਜ਼ਾਰ ਤੋਂ ਤਾਂ ਨਿਕਲੀ ਆਇਆ ਤਾਂ ਹੁਣ ਅਸਾਂ ਜੇ ਰਹੇ ਹਾਂ ਜੀ ਬੁਨੇ ਬਾਜ਼ਾਰ ਤਾਂ ਬੁਨੇ ਬਾਜ਼ਾਰ ਨਹੀਂ ਜਿਹੜੀ ਸੁਰਤ ਆ ਲੈਣਾ ਜੀ ਉਹ ਸੇਮ ਟੂ ਸੇਮ ਆਪਣੇ ਬਾਜ਼ਾਰਾਂ ਨੂੰ ਤਰ੍ਹਾਂ ਆ ਕਿਉਂਕਿ ਇਹ ਬਾਜ਼ਾਰ ਜਿਹੜਾ ਜੀ ਹੁਣ ਕਾਫੀ ਤਰੱਕੀ ਕਰੀ ਰਿਹਾ ਕਿਉਂਕਿ ਅੱਗੇ ਲੈਣਾ ਜੀ ਬਾਈਪਾਸ ਤਾਂ ਬਾਈਪਾਸ ਵਾਲੀ ਜਿਹੜੀ ਹਵਾਮ ਹੋਣੀ ਨਾ ਉਹ ਇੱਥੇ ਹੀ ਸ਼ਾਪਿੰਗ ਕਰਨੀ ਹੈ ਕਿਉਂਕਿ ਉਹਨਾਂ ਮੇਨ ਸ਼ਹਿਰ ਬਣ ਜਾਣਾ ਉਹਨਾਂ ਜਿਹੜੀ ਸ਼ਾਪਿੰਗ ਕਰਨੀ ਨਾ ਜੀ ਉਹ ਸਾਈਡ ਏਰੀਆ 'ਚ ਕਰਨੀ ਆ ਜਿਹੜਾ ਉਹਨਾਂ ਕੀ ਇੱਥੋਂ ਕੋਲ ਲਾਉਣਾ ਜੀ ਬਾਜ਼ਾਰ ਮਾਸ਼ਾਅੱਲਾ ਮੈਂ ਕਿਹਾ ਇਹ ਬਾਤ ਹੈ ਜੀ ਕਿਹਾ ਇਹ ਬਾਤ ਹੈ ਡਡਿਆਲ ਸਿਟੀ ਨਹੀਂ ਫਾਈਨਲ ਇਸ ਵੇਲੇ ਅਸਾਂ ਪੁੱਛੀ ਆਏ ਜੀ ਪਲਾਕ ਪੁਲਿਆ ਪਰ ਮਾਸ਼ਾਅੱਲਾ ਅਸਾਂ ਤਾਂ ਜੀ ਪੁਲਿਆ ਪਰ ਹਵਾਮ ਜਾ ਰਹੀ ਹੈ ਜੀ ਝੰਡੀਆਂ ਵਾਲੇ ਮਾਸ਼ਾਅੱਲਾ ਅੱਜ ਪਤਾ ਲੱਗਾ ਕੋਈ ਥਾਂ ਉਸ ਆ ਤਾਂ ਭਾਪੇ ਉੱਧਰ ਗਿਆ ਸਨ ਜਾਂ ਉੱਧਰ ਜੁਲੇ ਇਹ ਇਸ ਗੱਲਾਂ ਕੋਈ ਪਤਾ ਕਿਉਂਕਿ ਭਾਪੇ ਹੁਣ ਨਿਕਲੀ ਗਿਆ ਨਹੀਂ ਤਾਂ ਉਹਨਾਂ ਪੁੱਛੀ ਕਿਨਾਰ ਬਾਕੀ ਅਗਰ ਤੁਸੀਂ ਇੱਥੋਂ ਵਿਊ ਚੱਕ ਕਰੋ ਜੀ ਪਲਾਕ ਏਰੀਆ ਨਾਲ ਤਾਂ ਵਿਊ ਜਿਹੜਾ ਹੈ ਜੀ ਉਹ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ ਬਾਕੀ ਆ ਸਾਂ ਤੱਕ ਸੋਚਿਆ ਜੀ ਦਰਿਆਏ ਪੁੰਛ ਉਹ ਦਰਿਆਏ ਪੁੰਛ ਪਰ ਪਲਾਕ ਪੁੱਲ ਤਾਂ ਪਾਣੀ ਵਾਲੀ ਜਿਹੜੀ ਸਪੀਡ ਹੈ ਜੀ ਅੱਜ ਖਲਤੀ ਵੀ ਆ ਉਹ ਤਾਂ ਅਸੀਂ ਪਾਰਕ ਸਪੀਡ ਥੋੜ੍ਹੀ ਮਹਿਸੂਸ ਹੋਈ ਕਿ ਪਾਣੀ ਚੱਲੀ ਰਿਹਾ ਕਿਉਂਕਿ ਦਰਿਆ ਦਾ ਪਾਣੀ ਜਿਹੜਾ ਜੋ ਉਹ ਚੱਲਣਾ ਆ ਤਾਂ ਆ ਪਾਰਕ ਨਾਲ ਸਾਂ ਤੱਕ ਉਸ ਵਾ ਉਸ ਸਾਈਡ ਡੈਮ ਕਿਉਂਕਿ ਮੰਗਲਾ ਡੈਮ ਉਹਨਾਂ ਚੱਲਣਾ ਪਿਆ ਤਾਂ ਪਾਣੀ ਜਿਹੜਾ ਜੀ ਉਹ ਖਲੀ ਗਿਆ ਦਰਿਆਏ ਪੁੰਛ ਸਮਝੋ ਸਲੋ ਹੋਈ ਗਿਆ ਉਹਨੇ ਪਤਾ ਨਹੀਂ ਚੱਲਣਾ ਪਿਆ ਕਿ ਪਾਣੀ ਚੱਲਣਾ ਜਾਂ ਕੌਣ ਚੱਲਣਾ ਜੀ ਅਸਾਂ ਪਰਲੀ ਸਾਈਡ ਆਏ ਸਾਂ ਅਸਾਂ ਵਿਊ ਤੱਕੋ ਜੀ ਮਾਸ਼ਾਅੱਲਾ ਮਾਸ਼ਾਅੱਲਾ ਮੈਂ ਕਿਹਾ ਹੀ ਬਾਤ ਹੈ ਜੀ ਕਿਹਾ ਹੀ ਬਾਤ ਹੈ ਬੱਕਰੀਆਂ ਤਾਂ ਬੱਕਰੀਆਂ ਕੜੀ ਰਹੀਆਂ ਚਰਾਂ ਤਾਂ ਬੱਕਰੀਆਂ ਜਿਹੜੀਆਂ ਆਏ ਜੀ ਉਹ ਵੀ ਦੂਰ ਨਸੀ ਰਹੀਆਂ ਕੋਲ ਨਹੀਂ ਜਾ ਰਹੀਆਂ ਪਾਣੀਆਂ ਉਹਨਾਂ ਜੀ ਪਤਾ ਪਾਣੀ ਉੱਪਰ ਚੜੀਆਂ ਤਾਂ ਅਸਾਂ ਵੀ ਇੰਨਾ ਲੱਭਣ ਗਿਆ ਕਿ ਅਸਾਂ ਤੱਕ ਜੀ ਹਵਾ ਮਾ ਜਾ ਰਹੀ ਹੈ ਜੀ ਅੱਗੇ ਨਹੀਂ ਤਰਫ ਤਾਂ ਅਸਾਂ ਜਾਂ ਖਲਦੇ ਹਾਂ ਪਿੱਛੇ ਹੀ ਅਸਾਂ ਦੀ ਮਰਜ਼ੀ ਆ ਜੀ ਹੁਣ ਅਸਾਂ ਵੀ ਭਾਪੇ ਉਹਨਾਂ ਨੇ ਪਿੱਛਾ ਜੁਲਾਂ ਤਾਂ ਇੱਥੇ ਖਲਾਣਾ ਫਾਈਨਲ ਇਸ ਵੇਲੇ ਮੈਂ ਪੁੱਛੀ ਆਇਆ ਜੀ ਇਸਰ ਬਾਜ਼ਾਰ ਮਾਸ਼ਾਅੱਲਾ ਅਸਾਂ ਤੱਕ ਜੀ ਇਸਰ ਬਾਜ਼ਾਰ ਦੀਆਂ ਰੌਣਕਾਂ ਇਹਦਾ ਹੈ ਜੀ ਬਹੁਤ ਹੀ ਪੁਰਾਣੀ ਤਾਰੀਖੀ ਮਸਜਿਦ ਇਹ ਅਸਾਂ ਤੱਕ ਜੀ ਇਸਰ ਬਾਜ਼ਾਰ ਉਸ ਦੀਆਂ ਰੌਣਕਾਂ ਮਾਸ਼ਾਅੱਲਾ ਜਿੱਦਾਂ ਜੀ ਦੁਕਾਨਾਂ ਹੈ ਜੋ ਕਾਫੀ ਪੁਰਾਣੀਆਂ ਪੁਰਾਣੀਆਂ ਜਾਂ ਇਹ ਤਾਂ ਅਸਾਂ ਅੰਦਾਜ਼ਾ ਕਰੀ ਸਕਦੇ ਹਾਂ ਜੀ ਕਿੰਨੀਆਂ ਪੁਰਾਣੀਆਂ ਦੁਕਾਨਾਂ ਜਾਂ ਹੋਰ ਬਿਲਡਿੰਗਾਂ ਜਾਂ ਤਾਂ ਇਹ ਬਾਜ਼ਾਰ ਜਿਹੜਾ ਹੈ ਜੀ ਉਹ ਕਾਫੀ ਖੁੱਲ੍ਹਿਆ ਇੱਕ ਟਾਈਮ ਜੋ ਮੈਂ ਸਾਰਾ 10 ਗੱਡੀਆਂ ਲੰਘੀ ਜਾਣੀਆਂ ਜੀ ਆਸਾਨੀ ਨਾਲ ਮਾਸ਼ਾਅੱਲਾ ਮਾਸ਼ਾਅੱਲਾ ਇਹ ਬਾਜ਼ਾਰ ਜਿਸ ਪਤਾ ਲੱਗਣਾ ਵੀ ਸਾਰਾ ਬੰਦ ਹੈ ਪਰ ਬੰਦ ਕਰਨੀ ਆ ਸਾਰਾ ਬਾਜ਼ਾਰ ਜਿਹੜਾ ਹੈ ਜੀ ਉਹ ਖੁੱਲ੍ਹਿਆ ਹਵਾਮ ਜਿਹੜੀ ਹੈ ਜੀ ਉਹ ਸਾਰੀ ਅੰਦਰ ਦੁਕਾਨਾਂ ਹੀ ਸੁੱਤੀ ਵੀ ਆ ਕਿਉਂਕਿ ਬਿਜਲੀ ਆਈ ਕਿ ਬੰਦ ਸੀ ਆ ਤਾਂ ਹਵਾਮ ਰੋਡਾਂ ਦੇ ਫਿਰਨੇ ਚਾਹੁੰਦੇ ਬਿਜਲੀ ਆਈ ਨਾ ਤਾਂ ਹਵਾਮ ਅੰਦਰ ਗਈ ਆ ਆਰਾਮ ਵਾਲਾ ਖੜੀ ਰਹੀ ਆ ਸਹੀ ਰਹੀ ਆ ਕਿਉਂਕਿ ਇਸ ਟਾਈਮ ਪਰ ਬਾਜ਼ਾਰ ਹੀ ਹਵਾਮ ਤਾਂ ਹੋਣੀ ਕੋਈ ਨਾ ਉਹ ਕਾਰ ਸੁੱਤੀ ਹੋਣੀ ਤਾਂ ਦੁਕਾਨਾਂ ਨਹੀਂ ਹਵਾਮ ਜਿਹੜੀ ਆਏ ਜੀ ਉਹ ਅੰਦਰ ਦੁਕਾਨਾਂ ਹੀ ਸੁੱਤੀ ਹੋਣੀ ਆ ਮਾਸ਼ਾਅੱਲਾ ਮਾਸ਼ਾਅੱਲਾ ਇਸ ਵੇਲੇ ਮੈਂ ਬਾਜ਼ਾਰਾਂ 'ਚ ਵੀ ਬੱਕਰੀਆਂ ਫਿਰਨੀਆਂ ਪਈਆਂ ਉਹ ਵੀ ਚੜਾ ਲੋੜੀ ਰਹੀਆਂ ਜੈਸੇ ਮੋਹਰ ਸਾਹਿਬ ਜੀ ਟਰਨ ਤਾਂ ਇਸ ਬਾਜ਼ਾਰ ਹੈ ਜੋ ਬਹੁਤ ਹੀ ਖਤਮ ਹੋ ਗਿਆ ਹੁਣ ਅੱਗੇ ਨਜ਼ਰ ਸੀ ਤਾਂ ਜ਼ਿਆਦਾ ਨਜ਼ਰ ਨਹੀਂ ਅਛੜ ਗਿਆ ਸਕਦੇ ਫਾਈਨਲੀ ਸਰ ਬਾਜ਼ਾਰ ਤੋਂ ਸਾਂ ਨਿਕਲੀਆਂ ਤਾਂ ਆਈ ਗਏ ਹਾਂ ਜੀ ਹਮੀਦਾਬਾਦ ਕਾਲੋਨੀ ਚਕਸੋਵਾਰੀ ਮਾਸ਼ਾਅੱਲਾ ਇੱਥੇ ਦੀਆਂ ਜਿਹੜੀਆਂ ਰੋਣਕਾਂ ਹੈ ਜੋ ਇਸ ਬਾਜ਼ਾਰ ਤੋਂ ਥੋੜ੍ਹੀਆਂ ਜ਼ਿਆਦਾ ਹੀ ਆ ਕਿਉਂਕਿ ਬਾਜ਼ਾਰ ਜਿਹੜਾ ਹੈ ਜੀ ਉਹ ਉਸ ਤੋਂ ਬੜਾ ਆ ਸਾਡਾ ਕਹਿੰਦੇ ਸਰ ਸਾਡਾ ਕਾਫੀ ਗੱਡੀਆਂ ਛੱਡੀਆਂ ਖਲਦੀਆਂ ਵਾ ਕਿਉਂਕਿ ਇੱਥੇ ਜਿਹੜਾ ਹੈ ਜੀ ਬਾਜ਼ਾਰ ਉਹ ਕਾਫੀ ਤਕੜਾ ਆ ਇੱਥੇ ਸਾਂ ਤੱਕ ਸੋਚਿਆ ਜੀ ਬੱਸਾਂ ਵੀ ਚੱਲੀਆਂ ਆ ਇਹ ਬੱਸ ਜੇ ਜਾ ਰਹੀ ਜੀ ਡਡਿਆਲ ਸਿਟੀ ਜਾ ਰਹੀ ਆ ਜਦੋਂ ਅਸਾਂ ਆਏ ਅਸਾਂ ਤਾਂ ਕੋਈ ਜ਼ਰੂਰਤ ਬੱਸਾਂ ਨਹੀਂ ਬਾਕੀ ਆਵਾਮ ਜਿਹੜੇ ਪੈਦਲ ਆਇਆ ਜੀ ਸਵਾਰੀਆਂ ਦੇ ਆਇਆ ਉਹਨਾਂ ਦੀ ਤਾਂ ਜ਼ਰੂਰਤ ਇਸ ਨਹੀਂ ਆਇਆ ਕਾਫੀ ਜ਼ਿਆਦਾ ਆ ਮਾਸ਼ਾਅੱਲਾ ਸਾਂ ਤੱਕ ਜੀ ਆਵਾਮ ਮੇਰਾ ਮੋਟਰਸਾਈਕਲਾਂ ਹੁਣ ਨਿਕਲਣਾ ਸ਼ੁਰੂ ਹੋ ਗਈ ਆ ਬਾਹਰ ਕਿਹਾ ਗਿਆ ਇਸ ਦਸ ਮਿੰਟ ਲਈ ਗਏ
ਤਾਂ 10 ਮਿੰਟਾਂ ਹੀ ਸ਼ਾਮ ਹੋਈ ਗਿਆ ਤਾਂ ਫਿਰ ਹਵਾ ਨਿਕਲਦੀ ਆ ਬਾਹਰ ਕੇ ਸੂਰਜ ਆਇਆ ਸੀ ਉਹ ਵੀ ਹੋਈ ਗਿਆ ਜੀ ਨੀਚੇ ਤਾਂ ਇੱਥੋਂ ਥੋੜ੍ਹੇ ਜਿਹੇ ਅੱਗੇ ਜਾਣਾ ਤਾਂ ਬੰਦਾ ਪੁੱਛ ਜਾਣਾ ਜੀ ਚਕਸਵਾੜੀ ਚੌਕ ਵਿੱਚ ਤਾਂ ਚੌਕਾਂ ਦੀਆਂ ਜਿਹੜੀ ਰੌਣਕਾਂ ਹਨ ਜੀ ਉਹ ਵੀ ਮਾਂ ਦਿੱਤੀਆਂ ਹਵਾ ਪਰ ਨਾ ਹੋਣੇ ਸੀ ਕੁਝ ਹੋਣਾ ਬਿਹਤਰ ਆ ਫਿਰ ਵੀ ਹਵਾ ਮਾਂ ਅੱਛੀ ਰਹੀ ਆ ਜੀ ਜੇ ਰਿਹਾ ਚਕਸਵਾੜੀ ਜਾ ਅਸਾਂ ਜਾ ਸਕਦੇ ਹਾਂ ਉਹ ਇੱਥੋਂ ਫਿਰੀ ਨਾ ਤਾਂ ਪਹਾੜ ਉੱਧਰ ਜਾ ਸਕਦੇ ਹਾਂ ਪਰ ਅਸਾਂ ਫਿਲਹਾਲ ਇੱਧਰ ਜੇ ਰਿਹਾ ਕੀ ਆ ਕਿ ਸੂਰਜਾਂ ਰੁੱਖ ਜਾ ਰਿਹਾ ਜੋ ਉਹ ਇੱਧਰ ਮਾਸ਼ਾਅੱਲਾ ਸਾਂ ਤੱਕ ਜੀ ਵਿਊ ਜਾ ਰਿਹਾ ਜੋ ਮਾਸ਼ਾਅੱਲਾ ਬਹੁਤ ਹੀ ਪਿਆਰਾ ਆ ਨਜ਼ਰ ਛਾਂ ਜੀ ਨਫੀਸ ਬੇਕਰੀ ਹਵਾ ਵੀ ਪਿੱਛੋਂ ਹੱਥ ਮਾਰੀ ਰਹੀ ਆ ਕਿ ਅੱਗੇ ਵੀ ਤੁਹਾਨੂੰ ਤੱਕ ਇਹ ਹੋਇਆ ਕਿ ਜਿਹੜਾ ਬਜੋ ਆ ਗੱਡੀ ਲੱਗ ਦਾ ਮੋਟਰਸਾਈਕਲ ਹੈ ਪਰ ਸਾਰੀ ਨਜ਼ਰ ਜਿਹੜੀ ਹੈ ਜੀ ਉਹ ਅੱਗੇ ਹੀ ਆ ਕੈਮਰੇ ਤਰਫ ਕੋਣੀ ਆ ਬਿਲਕੁਲ ਹੀ ਕੋਣੀ ਆ ਪਿਆਲ ਮੈਰਿਜ ਹਾਲ ਚਕਸਵਾਰੀ ਚਕਸਵਾਰੀ ਨਾਲ ਫੇਮਸ ਮੈਰਿਜ ਹਾਲ ਇੱਥੇ ਇਸ ਹਾਲ ਹੈਗੀ ਹਵਾ ਜਿਹੜੀ ਬੁੱਕ ਕਰਨੀ ਨਾ ਜੋ ਉਹ ਮਹੀਨਾ ਮਹੀਨਾ ਦੋ ਦੋ ਮਹੀਨੇ ਤੁਹਾਨੂੰ ਬੁੱਕ ਕਰਨੀ ਆ ਤਾਂ ਇਸ ਵੇਲੇ ਅਸਾਂ ਜੇ ਰਹੇ ਹਾਂ ਜੀ ਨਿਊ ਸਿਟੀ ਦੀ ਤਰਫ ਮਾਸ਼ਾਅੱਲਾ ਭਾਪੇ ਹੋਣ ਪਿੱਛਾ ਜੇ ਰਹੇ ਹਾਂ ਜੀ ਤੇਜ਼ ਰਫਤਾਰ ਅਸਾਂ ਸਪੀਡ ਆਪਣੀ ਜਿਹੜੀ ਹੈ ਜੋ ਮੱਠੀ ਖੜੀ ਹੋਈ ਆ ਤੇਜ਼ ਰਫਤਾਰ ਹੀ ਤੱਕ ਆ ਥੋੜ੍ਹੀ ਜਗ੍ਹਾ ਜਾਣਾ ਤਾਂ ਤੁਹਾਨੂੰ ਨਹੀਂ ਪਈ ਜਾਣੀ ਜੀ ਨਿਊ ਟਾਊਨ ਮਾਸ਼ਾਅੱਲਾ ਉਹ ਪਾਸ ਅਸੀਂ ਮਸਜਿਦ ਨਜ਼ਰ ਆਈ ਹੋਈ ਅਸੀਂ ਆ ਮਸਜਿਦ ਨਾਲ ਹੀ ਜਾਈਏ ਕਾਲੋਨੀ ਪੈਣੀ ਆ ਜੀ ਲੋ ਜੋ ਫਾਈਨਲੀ ਨਿਊ ਕਾਲੋਨੀ ਚਕਸਵਾੜੀ ਦੀ ਆਈ ਗਈ ਮਾਸ਼ਾਅੱਲਾ ਸਾਡੇ ਕੋਲ ਇੱਥੇ ਜੋ ਇੱਥੇ ਕੰਮ ਹੋਈ ਰਿਹਾ ਪਕੌੜਾ ਛਪਾਉਣਾ ਸਾਹਿਬ ਬੰਨੀ ਰਿਹਾ ਬਾਜ਼ਾਰ ਬੰਨੀ ਰਿਹਾ ਇਸੇ ਕਰੀ ਆਬਾਦ ਕਰੀ ਰਿਹਾ ਵਿਰਾਨ ਪਿਆ ਹੋਇਆ ਸੀ ਕਾਫੀ ਟਾਈਮ ਹੈ ਸੋ ਤਾਂ ਸਾਡਾ ਉਹਨਾਂ ਸੇਫੀਆਂ ਛੱਡੀਆਂ ਵੀ ਲਈਆਂ ਆ ਤਾਂ ਕਿ ਵਾਂਗ ਜਿਹੜੀ ਸ਼ਹਿਰ ਜੋ ਉਹ ਤੀਰੀ ਤੁਰੀ ਤਾਂ ਅੱਛਾ ਇੱਥੋਂ ਟਰੈਕੀ ਨਾ ਪਿਆ ਤਾਂ ਮਾਸ਼ਾਅੱਲਾ ਸਾਹਿਬ ਤੱਕੋ ਜੀ ਬਾਜ਼ਾਰ ਬਾਜ਼ਾਰ ਦੀ ਦੁਕਾਨ ਜਿਹੜੀਆਂ ਜੀ ਉਹ ਅੱਧੀਆਂ ਬੰਦੀਆਂ ਤਾਂ ਅੱਧੀਆਂ ਖੁੱਲੀਆਂ ਬਾਜ਼ਾਰ ਜਿਹੜਾ ਜੋ ਕਾਫੀ ਪੁਰਾਣਾ ਤਾਂ ਅਸਾਂ ਸਕਣਾ ਉਸ ਬਾਹਰ ਭਾਪੇ ਕੰਮ ਕਰੀ ਰਹੀ ਤਾਂ ਮੁਸਲਾ ਤਾਂ ਭਾਪੇ ਨਾਲ ਸੂਟਾਂ ਕਿੰਦਾ ਤਾਂ ਬਾਕੀ ਉਹ ਪਾਲ ਸਾਹਿਬ ਤੱਕ ਦੁਕਾਨ ਜਿਹੜੀਆਂ ਜੀ ਉਹ ਥੋੜ੍ਹੀ ਜਿਹੀ ਅੱਗੇ ਹੀ ਆ ਇਹ ਬਾਜ਼ਾਰ ਜਿਹੜਾ ਜੀ ਉਹ ਥੋੜ੍ਹਾ ਜਿਹਾ ਨੀਚੇ ਆ ਇਹ ਬਾਜ਼ਾਰ ਜਿਹੜਾ ਜੀ ਉਹ ਗ੍ਰਾਮ ਮਹੱਲੇ ਦਾ ਬਾਜ਼ਾਰ ਆ ਅੱਧੇ ਦੱਸਾਂ ਕਿ ਇੱਥੇ ਘਰ ਨਜ਼ਰ ਸਨ ਅੱਧੀਆਂ ਦੁਕਾਨ ਨਜ਼ਰ ਸਨ ਇਹ ਪਾਲ ਸਾਹਿਬ ਤੱਕ ਜੀ ਇੱਥੇ ਦੱਸਾਂ ਕਿ ਹਵੇਲੀਆਂ ਨਜ਼ਰ ਆਈ ਦੀਆਂ ਹਵੇਲੀਆਂ ਜਿਹੜੀਆਂ ਜੋ ਕਾਫੀ ਪੁਰਾਣੀਆਂ ਪੁਰਾਣੀਆਂ ਹਵੇਲੀਆਂ ਨਾਲ ਹੀ ਬਾਜ਼ਾਰ ਹੀ ਆ ਕੁਝ ਬਾਜ਼ਾਰ ਨਾ ਜਾਈ ਸਾਰਿਆਂ ਜੀ ਉੱਧਰ ਬੁਣਨਾ ਤਾਂ ਕੁਝ ਆਏ ਸਾਰਿਆਂ ਜੀ ਉਹ ਪਰ ਮੇਨ ਰੋਡ ਹੈ ਬੜਾ ਇਹ ਮਾਸ਼ਾਅੱਲਾ ਜਿੱਧਰੋਂ ਭਾਪੇ ਉਹ ਲਗੇ ਛੇ ਭੋਰ ਧੋਣੇ ਮਾਸ਼ਾਅੱਲਾ ਮਾਸ਼ਾਅੱਲਾ ਬਾਜ਼ਾਰ ਜਿਹੜਾ ਜੋ ਆਲਮੋਸਟ ਸਾਰਾ ਬੰਦ ਆ ਇੱਧਰ ਦੁਕਾਨਾਂ ਅਸੀਂ ਖੁੱਲ੍ਹੀਆਂ ਨਜ਼ਰ ਛੀਆਂ ਤਾਂ ਆਪਣੀ ਸਾਹਿਬ ਜਿਹੜੀਆਂ ਅਸੀਂ ਦੁਕਾਨ ਨਜ਼ਰ ਛੀਆਂ ਜੀ ਉਹ ਬੰਦ ਨਜ਼ਰ ਛੀਆਂ ਇਸ ਬਾਜ਼ਾਰਾਂ ਦੀ ਇਹ ਇੱਕ ਗੱਲ ਹੈ ਕਿ ਇਸ ਬਾਜ਼ਾਰਾਂ ਦੀ ਰੋਡਾਂ ਨੇ ਸਾਡਾ ਬੂਟੇ ਹੀ ਬੂਟੇ ਲਾਏ ਹੋਏ ਇਹਨਾਂ ਔਰ ਉਹਨਾਂ ਨੇ ਇਹਨਾਂ ਕੀਤੀ ਵੀ ਹੈ ਜੀ ਕਟਾਈ ਮਾਹੌਲ ਔਰ ਬਾਜ਼ਾਰਾਂ ਕਿ ਇੰਨਾ ਸੋਹਣਾ ਬਣਾਉਣ ਦੀ ਕੋਸ਼ਿਸ਼ ਕੀਤੀ ਆ ਮਾਸ਼ਾਅੱਲਾ ਇਹ ਸਮਾਂ ਦੇਖੋ ਜੀ ਇੱਥੋਂ ਨੀਚੇ ਆ ਸਕੇ ਬਾਹਰ ਨਜ਼ਰ ਛਾਂ ਸੀ ਆ ਬਾਜ਼ਾਰ ਨਹੀਂ ਦੂਸਰੀ ਗੱਲੀ ਇਹ ਗੱਲੀ ਆ ਜੀ ਮੇਨ ਰੋਡ ਆ ਉਸ ਕੋਲ ਵਾਕਿਆ ਜਿਹਾ ਬਾਜ਼ਾਰ ਹੈ ਜੀ ਉਹ ਲਾਇਆ ਤਾਂ ਮਾਸ਼ਾਅੱਲਾ ਮੈਂ ਫਾਸਟ ਫੂਡ ਬਾਜ਼ਾਰ ਨਹੀਂ ਕਿਆ ਹੀ ਬਹੁਤ ਆ ਜੀ ਕਿਆ ਹੀ ਬਹੁਤ ਆ ਮਾਸ਼ਾਅੱਲਾ ਮਾਸ਼ਾਅੱਲਾ ਤਾਂ ਸਮਾਂ ਦੇਖੋ ਜੀ ਐਚ ਬੀ ਐਲ ਬੈਂਕ ਫਾਸਟ ਫੂਡ ਸ਼ਰੀਫ ਭਾਪੇ ਜਿਹੜੇ ਏ ਟੀ ਐਮ ਮਾਰਨੇ ਉਸ ਪਹਿਲੇ ਨੇ ਬੈਂਕ ਲੋੜੀ ਰਹੇ ਸਨ ਕਿ ਏ ਟੀ ਐਮ ਮਾਰਿਆ ਫਾਈਨਲ ਚਲੋ ਉਹਨਾਂ ਕੇ ਲੱਭ ਗਿਆ ਬੈਂਕ ਉੱਥੇ ਉਹਨਾਂ ਏ ਟੀ ਐਮ ਮਾਰਸਨ ਤਾਂ ਜਿਹੜੇ ਉਹਨਾਂ ਪੈਸੇ ਕਢਾਉਣੇ ਜੀ ਉੱਥੋਂ ਕਢਾਈ ਸਕਣੇ ਪੋਸਟ ਕੋਡ ਇਹ ਦੱਸਾਂ ਕਿ ਤੁਹਾਨੂੰ ਨਜ਼ਰ ਸੀ ਸਕਣਾ ਕਿਉਂਕਿ ਬੰਦੇ ਡਰ ਸ਼ੱਕ ਭੇਜਣੀ ਜੋ ਉੱਥੇ ਭੇਜੀ ਸਕਣਾ ਤਾਂ ਬਾਕੀ ਇਸ ਵੇਲੇ ਜਿਹੜੇ ਅਸਾਂ ਮੌਜੂਦ ਹਾਂ ਜੋ ਉਹ ਚੌਕ ਨੇ ਬਿਲਕੁਲ ਸੈਂਟਰ ਹੀ ਮੌਜੂਦ ਹਾਂ ਜੀ ਚੌਕ ਦਾ ਨਾਂ ਜੀ ਯਾਦਗਾਰ ਚੌਕ ਮਾਸ਼ਾਅੱਲਾ ਸਾਹਿਬ ਤੱਕ ਜੀ ਇਹਦੋਂ ਇੱਕ ਰੋਡ ਜਾਣੀ ਹੈ ਜੀ ਆਪਣੀ ਸਾਈਡ ਤਾਂ ਇੱਕ ਨਿਚਲੀ ਦੀ ਸਾਈਡ ਇਹਦੋਂ ਜਾਣੀ ਆ ਜੀ ਚੌਧਰੀ ਮਜੀਦ ਆਣੇ ਘਰ ਵਾਲੀ ਸਾਈਡ ਤਾਂ ਬਾਕੀ ਇੱਧਰੋਂ ਜਾਈ ਜਾਣੀ ਨਾ ਰੋਡ ਉਹ ਡੈਮ ਵਾਲੀ ਸਾਈਡ ਜਾਣੀ ਤਾਂ ਬਾਜ਼ਾਰ ਆਲਮੋਸਟ ਹੀ ਬੰਦ ਹੈ ਖੁੱਲ੍ਹਾ ਹੋ ਸਕੇ ਨਜ਼ਰ ਕੋਈ ਛੱਕ ਦੱਸਾਂ ਕਿ ਇੱਥੇ ਨਜ਼ਰ ਅੱਛੀ ਜੀ ਬੋਰਾਂ ਨੇ ਬੂਟੇ ਇਹ ਬੋੜਾ ਜ਼ਿਆਦਾ ਪੁਰਾਣੀ ਆ ਬਾਜ਼ਾਰ ਇਸ ਤੋਂ ਥੋੜ੍ਹਾ ਪੁਰਾਣਾ ਆ ਬਾਕੀ ਅੱਜ ਮੈਂ ਵੀਡੀਓ ਦੌਰਾਨ ਕਿਸੇ ਕਿਸੇ ਨੂੰ ਗਲਤੀ ਕੀਤੀ ਹੋਈ ਗਿਆ ਤਾਂ ਮਾਫ਼ ਕਰੇ ਤਾਂ ਬਹੁਤ ਜ਼ਿਆਦਾ ਸਾਡੀ ਖਿਦਮਤ ਇੱਕ ਨਵੀਂ ਵੀਡੀਓ ਹਾਜ਼ਰ ਹੋ ਸਾ ਤਦ ਤੱਕ ਦੱਸੋ ਇਜਾਜ਼ਤ ਸਹੀ ਮਾਨ ਅੱਲਾ।